ਅੰਮ੍ਰਿਤਸਰ ਵਿਖੇ ਤਨਖਾਹ ਨਾ ਮਿਲਣ ਕਾਰਨ ਜੂਨੀਅਰ ਡੈਂਟਲ ਡਾਕਟਰਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਜੋ 28-29 ਤਰੀਕ ਤੱਕ ਤਨਖਾਹ ਮਿਲ ਜਾਂਦੀਆਂ ਸਨ ਉਹ ਹੁਣ 31 ਮਾਰਚ ਨੂੰ ਵੀ ਨਹੀਂ ਮਿਲੀਆਂ ਨੇ। ਇਹਨਾਂ ਮੁਤਾਬਕ ਜੂਨੀਅਰ ਹੋਣ ਕਾਰਨ ਇਹਨਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਅਤੇ ਇਹਨਾਂ ਦੀ ਤਨਖਾਹ ਹਮੇਸ਼ਾ ਹੀ ਲੇਟ ਹੁੰਦੀ ਹੈ। ਇਸ ਸੰਬੰਧ ਵਿੱਚ ਡੀਸੀ ਵੱਲੋਂ ਮਾਮਲੇ 'ਤੇ ਧਿਆਨ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਸਾਡੇ ਇੰਟਰਨਾਂ ਦਾ ਪਿਛਲੇ 9 ਮਹੀਨੇ ਤੋਂ ਸਟਾਈਪੈਂਡ ਰੁਕਿਆ ਹੋਇਆ ਹੈ ਅਤੇ ਸਾਡੇ ਨਾਲ ਜਿਹੜੇ ਪੀਜੀਜ਼ ਨੇ ਉਹਨਾਂ ਦਾ ਪਿਛਲੇ 11 ਮਹੀਨੇ ਤੋਂ ਸਟਾਈਪੈਂਡ ਬਕਾਇਆ ਹੈ। ਜਦੋਂ ਅਸੀਂ ਇਹਨਾਂ ਨਾਲ ਟ੍ਰੈਜਰੀ ਡਿਪਾਰਟਮੈਂਟ 'ਚ ਆ ਕੇ ਗੱਲ ਕੀਤੀ ਤਾਂ ਉਹਨਾਂ ਨੇ ਪਹਿਲਾਂ ਤਾਂ ਬਹੁਤ ਬਦਤਮੀਜ਼ੀ ਨਾਲ ਸਾਡੇ ਨਾਲ ਪੇਸ਼ ਆਏ, ਦੂਸਰਾ ਉਹਨਾਂ ਨੇ ਕਿਹਾ ਕੁਛ ਵੀ ਕਰ ਲਓ ਤੁਹਾਡਾ ਸਟਾਈਪੈਂਡ ਨਹੀਂ ਦਿੱਤਾ ਜਾਏਗਾ। ਅਤੇ ਅਸੀਂ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਫਾਈਨੈਂਸ਼ੀਅਲੀ ਵੀ, ਜਦਕਿ ਸਰ ਐਡਮਿਸ਼ਨ ਦੇ ਟਾਈਮ 'ਤੇ ਸਾਨੂੰ ਬੋਲਿਆ ਗਿਆ ਸੀ ਕਿ ਸਾਨੂੰ ਇੰਟਰਨਸ਼ਿਪ 'ਚ ਅਤੇ ਪੀਜੀਜ਼ ਨੂੰ ਸਟਾਈਪੈਂਡ ਆਏਗਾ ਹਰ ਮਹੀਨੇ ਦਾ। ਪਹਿਲੀ ਗੱਲ ਤਾਂ ਮਹੀਨੇ ਮਹੀਨੇ ਪਰ ਕੋਈ ਸਟਾਈਪੈਂਡ ਆਉਂਦਾ ਨਹੀਂ ਹੈ, 6-6 ਮਹੀਨੇ ਬਾਅਦ ਆਉਂਦਾ। ਫਾਈਨੈਂਸ਼ੀਅਲ ਈਅਰ ਕਲੋਜ਼ ਹੋਣ ਤੋਂ ਪਹਿਲੇ ਸਟਾਈਪੈਂਡ ਆ ਹੀ ਜਾਂਦਾ ਹੁੰਦਾ ਯੂਜੁਅਲੀ, ਐਦ ਕਿ ਉਹ ਵੀ ਨਹੀਂ ਆਇਆ ਹੈਗਾ। ਅਸੀਂ ਇਹਨਾਂ ਨੂੰ ਜਦੋਂ ਕਿਹਾ ਹੈ ਤਾਂ ਵੀ ਨਹੀਂ ਦੇ ਰਹੇ। ਸਾਡੀ ਮੰਗ ਇਹੀ ਹੈ ਕਿ ਸਾਡਾ ਜਿਹੜਾ ਵੀ ਬਕਾਇਆ ਸਟਾਈਪੈਂਡ ਹੈ ਪੀਜੀਜ਼ ਦਾ 11 ਮਹੀਨਿਆਂ ਦਾ ਅਤੇ ਇੰਟਰਨਸ ਦਾ 9 ਮਹੀਨਿਆਂ ਦਾ ਉਹ ਦਿੱਤਾ ਜਾਵੇ ਅਤੇ ਅੱਗੋਂ ਤੋਂ ਸਾਡਾ ਮੰਥਲੀ ਸਟਾਈਪੈਂਡ ਆਇਆ ਜਾਵੇ।